ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਅਤੇ ਆਪਾਂ ਨੂੰ ਦਿਨ ਹੋ ਗਏ ਜ਼ਿਆਦਾ ਵਾਂਢੇ ਆਇਆਂ ਨੂੰ। ਪਹਿਲਾਂ ਸ਼ੁਭਦੀਪ ਦੇ ਨਾਨਕੇ ਗਏ, ਉੱਥੇ ਸਾਡੇ ਵਾਹਵਾ ਦਿਨ ਲੱਗ ਗਏ ਅਤੇ ਹੁਣ ਆਪਾਂ ਦੀਦੀ ਕੋ ਆਏ, ਇੱਥੇ ਸਾਡੇ ਵਾਹਵਾ ਦਿਨ ਹੋ ਗਏ ਆ ਅਤੇ ਸਾਡੀ ਸਾਰੀ ਫੈਮਿਲੀ ਮੂੰਹ ਚੁੱਕ ਕੇ ਸਾਡੇ ਮਗਰ ਹੀ ਆ ਗਈ, ਪਤਾ ਨਹੀਂ ਕਿਉਂ ਨਹੀਂ ਆਉਣ ਡੇ, ਵੀ ਗੁੱਸੇ ਹੋ ਗਏ ਆ, ਕੀ ਗੱਲ ਹੋ ਗਈ ਹੈ? ਇਹ ਫਿਰ ਇਹ ਸਮਝ ਕੇ ਆ ਗਏ ਸਾਡੇ ਮਗਰ ਹੀ ਵੀ ਲੈ ਕੇ ਆਉਂਦੇ ਹਾਂ, ਬਾਅਦ ਤੁਹਾਨੂੰ ਮਿਲਾਉਂਦੇ ਹਾਂ ਸਾਰੇ ਟੱਬਰ ਦੇ ਨਾਲ। ਆਹ ਸ਼ੁਭ ਦਾ ਵੱਡਾ ਭਰਾ। ਉੱਥੋਂ ਨਿੱਕਾ ਅਤੇ ਇਹ ਪਹਿਲਾਂ ਇਹ ਦੱਸੋ ਵੀ ਤੁਸੀਂ ਸਾਡੇ ਮਗਰੇ ਕਿਉਂ ਆ ਗਏ? ਇਹਨਾਂ ਦੇ ਰਾਦੇ ਚ ਵੀ ਘਰੇ ਨਾਰਾਜ਼ ਹੋ ਗਿਆ ਉਹਨੇ ਤੇ ਤੇ ਬੜੇ ਦਿਨ ਹੋ ਗਏ। ਹੋ ਗਿਆ ਹਾਂ, ਇੱਧਰ ਆ ਬਰਫ਼ ਖਾਈ ਜਾਂਦੇ, ਛਦਾਈ ਹੋਏ ਸਾਰੇ, ਬਰਫੀ ਖਾਈ ਜਾਂਦੇ ਆ। ਸਾਡਾ ਮੋਟਾ ਤੇ ਸੁਣਾਓ ਫਿਰ, ਪਿੰਡ ਠੀਕ ਠਾਕ ਹੈ ਸਾਰਾ ਕੁਝ? ਉੱਥੇ ਹੀ ਆ, ਗਾਂ ਬਸੰਤ ਨਹੀਂ ਆਇਆ? ਮੈਂ ਕੀ ਪਤਾ, ਮੀਂਹ ਮੂੰਹ ਆਇਆ, ਰੁੜ ਰੜ ਗਿਆ ਹੋਵੇ, ਬੂਟੇ ਲੱਗੇ ਆ। ਚੱਲ ਉਹਨਾਂ ਨੂੰ ਕਿਹੜੇ ਅੰਬ ਲੱਗੇ, ਆਲੂ ਬੁਖਾਰੇ ਕਿੰਨੇ ਕੁ ਲੱਗੇ? ਆਲੂ ਬੁਖਾਰਿਆਂ ਦਾ ਬੂਟਾ ਕਿੱਥੇ ਹੋਏ? ਅੱਛਾ ਅੱਛਾ, ਉਹ ਪਰੇ ਨੁਕਰੇ ਮਛਣ ਵੱਟ ਦੇ ਜੀ ਨਾ, ਝਾੜ ਹੀ ਨਾ ਲਈ ਕਿਤੇ, ਜਿਹੜੇ ਹੈਗੇ ਚਾਰ ਵਾਲ ਹੀ ਖਾ ਲਿਆ ਕਰਾਂ, ਰੋਟੀ ਜ਼ਰੂਰ ਖਾਣੀ ਹੁੰਦੀ। ਗਰਮੀ ਵਾਕਿਆ ਹੋ ਗਈ, ਛੋਟਾ ਕਿੱਦਾਂ ਫਿਰ ਤੂੰ? ਤੂੰ ਸਾਡੇ ਮਗਰ ਕਿਉਂ ਆਇਆ? ਤੁਹਾਨੂੰ ਯਕੀਨ ਨਹੀਂ ਵੀ ਆਉਣਾ ਪਿੰਡ? ਇੱਧਰ ਆੜੀਆਂ ਦੇਣੀਆਂ ਉੱਚੀ। ਵਧੀਆ, ਅਸੀਂ ਲੜਕੇ ਆਏ ਮਗਰ ਸਾਨੂੰ ਮਨਾਉਣ ਆਏ ਜੇ, ਹੁਣ ਜਾਣ ਨਹੀਂ ਦਿੰਦੀਆਂ ਸਾਡੀਆਂ ਦੇਣੀਆਂ।
ਇੱਕ ਦੇਵੀ ਆ ਬੈਠੀ। ਕਿੱਦਾਂ? ਜੀ ਨਹੀਂ ਲੱਗਾ ਸਾਡੇ ਮਗਰ ਆ ਕੇ? ਜੀ ਕਿਉਂ ਨੀ ਲੱਗਾ? ਕਿਉਂ ਨੀ ਲੱਗਾ? ਜੀ ਨੀ ਲੱਗਦਾ ਇਹਨਾਂ ਦਾ? ਐਵੇਂ ਝੂਠ ਬੋਲਦੀਆਂ ਇੱਧਰ ਸੁਮਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ, ਠੀਕ ਠਾਕ? ਠੀਕ ਠਾਕ, ਵਧੀਆ, ਤੁਸੀਂ ਸੁਣਾਓ? ਠੀਕ ਆ। ਕੀ ਆਂਦੀਆਂ ਜਠਾਣੀਆਂ? ਜਠਾਣੀਆਂ ਨੇ ਕੀ ਕਹਿਣਾ, ਉਹ ਸ਼ਬਰ ਮਿਲਣਾ ਹੀ, ਦਿਨ ਬੜੇ ਹੋ ਗਏ ਉਹਨੂੰ ਨਿਕਲਿਆ ਨੂੰ, ਇਹਨਾਂ ਦਾ ਜੀ ਨਹੀਂ ਲੱਗ ਰਿਹਾ, ਉਹ ਮਿਲਣਾ ਸਭ ਨੂੰ ਨਹੀਂ ਮਿਲਣਾ, ਇਹ ਦੀਦੀ ਨੂੰ ਮਿਲਣਾ, ਨਹੀਂ ਆਉਣਾ ਤੂੰ ਉਦਾਂ ਇੱਥੇ ਆਈ ਤੇ ਚੱਲ ਉਦਾਂ ਹੀ ਇੱਥੇ ਹੀ ਤੁਹਾਨੂੰ ਮਿਲਣਾ, ਇਹ ਐਵੇਂ ਝੂਠ ਬੋਲਦੀਆਂ ਹੀ ਹੈਨਾ ਭਾਬੀ, ਝੂਠ ਹੈ ਨਾ, ਕਿਉਂ ਜੋ ਮਰਜ਼ੀ ਕੋ ਕਹੀ ਜਾ ਸੱਚ ਵਾ। ਉਹ ਤਾਂ ਹੀ ਕਿ ਪਹਿਲਾਂ ਇਹਦੇ ਨਾਨਕਿਆਂ ਨੀ ਆਉਣ ਦਿੱਤਾ ਕਿੰਨੇ ਦਿਨ, ਮੁੜ ਕੇ ਫਿਰ ਇਹਨਾਂ ਨੇ ਫੋਨ ਕੀਤਾ, ਹੁਣ ਇਹ ਨੀ ਜਾਣ ਦੇਣ ਡੇ, ਇਹ ਕਰਕੇ ਫਿਰ ਜ਼ਿਆਦਾ ਦਿਨ ਲੱਗ ਗਏ। ਆਹੋ ਆ ਬੀਬੀ ਨੂੰ ਪਤਾ ਹੀ ਆ, ਰੋਜ਼ ਕਹਿ ਦੀ ਤਾਂ ਚੱਲ ਜਾਣ ਦੋ, ਤੇ ਰੋਜ਼ ਜਾਣ ਨੀ ਦਿੰਦੀਆਂ। ਇਹਨੇ ਅੱਗੇ 2 ਸਾਲ ਬਾਅਦ ਆਏ ਤੁਸੀਂ, ਗਰਮੀ ਬਹੁਤ ਆ ਨਾਲੇ, ਇਹ ਤਾਂ ਕਿਤੇ ਹੀ ਆ ਟਾਈਮ, ਚਲੋ ਹੁਣ ਅਸੀਂ ਵੀ ਆ ਗਏ, ਮੈਂ ਚੱਲ 4-4 ਦਿਨ ਸਾਰੇ ਰਹਿ ਹੀ ਜਾਂਦੇ ਹਾਂ, ਫਿਰ ਕੋਈ ਕਹੂਗਾ ਨਹੀਂ ਵੀ ਆਓ ਸਾਡੇ ਕੋਲ। ਕਿਉਂ ਰਾਜਦੀਪ, ਮੈਂ ਹੀ ਕਿਹਾ ਵੀ ਚੱਲ 5-5, 6-6 ਦਿਨ ਸਾਰਿਆਂ ਕੋਲ ਰਹੇ ਨੇ, ਮੁੜ ਕੇ ਕੋਈ ਕਵੇ ਨਾ ਵੀ ਸਾਡੇ ਕੋਲ ਆਓ, ਏਦਾਂ ਹੀ ਆ। ਕੀ ਆਪਣਾ ਘਰ ਆ, ਫਿਰ ਕੀ ਆ, ਭੂਈ ਦਾ ਘਰ ਆਪਣਾ ਹੀ ਹੁੰਦਾ। ਆਹੋ ਹੁਣ ਸੱਦ ਲੈਂਦੇ ਹੈਗੇ, ਬਲੂਟੀ ਪਾਰਲਰ ਸੱਦ ਲੈਂਦੇ ਹੈਗੇ। ਆਹੋ ਐਸ ਵਾਹਵਾ ਕਰ ਲੈਂਦੀ ਹੈ, ਐਸ ਨੂੰ ਕਹਿੰਦੇ ਇਹਨਾਂ ਦਾ ਕਰ ਮੇਕਅਪ। ਧਾਰ ਇਹਨਾਂ ਦੇ ਕੰਨ ਤੇ ਇੱਕ ਇੱਕ ਵੇਲੇ ਕਿੱਦਾਂ ਲੇਟੇ ਮਾਂਡੇ ਵੇ, ਕਿੱਡਾ ਫੋਨ ਚ ਲੱਗੇ ਆ ਇਹ। ਕੀ ਖੇਡਣ ਡੇ ਜੇ, ਤੇ ਟੈਟੂ ਹੋ ਗਿਆ ਪੂਰਾ ਕਿ ਨਹੀਂ ਅਜੇ? ਨਹੀਂ ਅਜੇ ਬਣਾਉਣਾ ਵਾ, ਕਿ ਪੂਰਾ ਹੋਇਆ ਕਿ ਨਹੀਂ, ਹੁਣ ਇਹ ਚ ਕੀ ਰਹਿ ਗਿਆ ਬਣਾਉਣਾ?
ਮੱਥੇ ਚ ਵੀ ਬਣਾ ਲਾ ਮੈਂ ਤਾਂ 30% ਪਿਆ ਮੱਥੇ ਦੇ ਪੱਗ ਮੰਡਿਆਂ ਦੀ ਭੂਆ ਸਕਰੀਨ ਤੋੜ ਕੇ ਤੇ ਉੱਤਰਾ ਛੜੀ ਬੈਡ ਤੇ ਸਕਰੀਨ ਤੋੜਤੀ ਹੁਣ ਭੂਆ ਨੂੰ ਪੈ ਗਿਆ ਭਾਜਣਾ ਹੁਣ ਟੁੱਟੀ ਇੱਥੋਂ ਹੀ ਇਹਦੇ ਕੰਮ ਖਰਾਬ ਹੋ ਗਿਆ ਸਾਰਾ ਫੋਨ ਤੋੜਤਾ ਚੁੱਪੀ ਕਰਦੀ ਚੁੱਪੀ ਕਰਦੀ ਵਲੋਗ ਬਣ ਰਿਹਾ ਸੱਚੀ ਟੁੱਟੀ ਹੋਣੀ ਨਾ ਸੱਚੀ ਤੋੜਦਾ ਹੋਣਾ ਇਹਨਾਂ ਤੋੜ ਕੇ ਰਾਤੀ ਹੋਣੀ ਇੱਥੇ ਚੱਲਣ ਡਿਆ ਚੰਗਾ ਭਲਾ ਤੂੰ ਤੋੜੀ ਆ ਤੇ ਤੂੰ ਤੋੜ ਕੇ ਇੱਥੇ ਚਾਰਜ ਲਾ ਤਾ ਤੂੰ ਹੀ ਤੋੜੀ ਆ ਸੱਚੀ ਲਾਇਆ ਵਾ ਕੇ ਜਾਂ ਟੁੱਟ ਗਈ ਆ ਕਰਤਾ ਨਾ ਨੁਕਸਾਨ ਨੁਕਸਾਨ ਕਰਕੇ ਰੱਖਤਾ ਉਹ ਜੀ ਮਿਲ ਲਿਆ ਫਿਰ ਸਾਡੇ ਟੱਬਰ ਨੂੰ ਤੇ ਸਾਡੇ ਮਗਰ ਹੀ ਆ ਗਿਆ ਏ ਨੁਕਸਾਨ ਕਰਤਾ ਜੀ ਤੇ ਨੁਕਸਾਨ ਇਹਨਾਂ ਨੇ ਕਰਤਾ ਨਿਆਣਿਆਂ ਨੇ ਰਲ ਮਿਲ ਕੇ ਫਿਰ ਇਹਨਾਂ ਨੇ ਆਉਣਾ ਸੂਤ ਹੁਣ ਤੁਹਾਡੀ ਹੋਊਗੀ ਨਾ ਸੇਵਾ ਸਾਮਾਨ ਤੇ ਲੱਗੂ ਪਤਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਓਕੇ ਬਾਏ